अंबिका होगी बेली? हाँ जी मम्मा हुनी हुई है। चल ठीक है, अब फोन फोन छड़ दे तो मुंडे ने संभाल। हाँ जी मम्मा, सोंदा ही नहीं पिया मैं, कहा चल घड़ी फोन ही चला लेनी है। चल फोन तो चला ले फिर, नाल मुंडे ने भी सवा ले, आप भी दो घड़ी आराम कर ले। हाँ जी हाँ जी ठीक है मम्मा, सवानी है बस, मैं भी लेट नहीं लगी सी, बस थोड़ा मैं स्टेटस चेक कर ला कि की पाया। चल ठीक है आराम कर ले, फोन दवाई ना लगी रही। बस आंटी अज ना ऑफिस तो छुट्टी सी, मैं क्या चल आंटी नू मिलिया वा, बहुत चिर हो गया मिली नहीं। और सुना ली ना घर ठीक है सारे बच्चे किदा? आंटी मेरे बच्चे तो ठीक है, तुसी सुनाओ घर सब किदा है? ते आंटी वो नू ना तुहाडी बंदी नहीं हैगी? नहीं नहीं तन्नु किने गया, साडी तां वो बंदी है आपस। अच्छा मैनू तां लगदा तुहाडे घरे बड़ा लड़ाई झगड़ा हुंदा है। लीना मैनू साफ साफ दस की गल होई है। आंटी तुहाडी नू ना बड़े अजीब तरह दे स्टेटस लगांदी है, कल आया होया सी जिवें मां मां ही हुंदी है, सस कदे मां नहीं बन सकदी, तां मैनूं लग्गिया सी मैं कि पुछ के आवां वी आंटी ठीक ठाक ने, कोई गल तां नहीं होई? नहीं नहीं लीना, साडा तां दोनों दा बहुत प्यार है, असीं तां इक थाली च रोटी खाईदी है, इह साडे सारे रिश्तेदारां नूं पता है, तैनूं किहने इदां किहा? आंटी मैं तां ना स्टेटस देख के आई सी, नाले तां मैं इह सोच रही सीगी वी अनिका दा नंबर जिहदे जिहदे कोल वी होएगा तुहाडे रिश्तेदारां कोल सारे देखदे ही होणे, तुहाडी किहदी बदनामी हुंदी होगी? अच्छा मैं हुणी जाके पुछदी है, मैं ओहदे कड़ा फट मारता जिहड़ा ओह इदां स्टेटस लांदी है। चलो आंटी तुहाडे नाल घर दा मसला हैगा, मैं चलदी आं हुण। चल मैं टीवी तां लाती आ, हुण देखो की बनदा। ਕੀ ਗੱਲ ਤੂੰ ਭਾਈ ਸਾਹਿਬ ਫੋਨ ਦਵਾਈ ਲੱਗੀ ਹੈ ਨਾ ਮੁੰਡਾ ਸੁਆਇਆ, ਪਤਾ ਨਹੀਂ ਕੀ ਲੱਭਦੀ ਰਹਿੰਦੀ ਹੈ ਫੋਨ ਚੋਂ ਸਾਰਾ ਦਿਨ। ਮੰਮਾ ਦੱਸੋ ਤਾਂ ਸਹੀ ਕੀ ਹੋਇਆ ਤੁਹਾਨੂੰ? ਮੈਨੂੰ ਪਤਾ ਅੱਜ ਕੱਲ ਤੂੰ ਕਿਹੜੇ ਸਟੇਟਸ ਲਾਉਂਦੀ ਹੈ, ਸੱਸਾ ਸਟੇਟਸ ਲਾਉਂਦੀ ਹੈ, ਕਿਉਂ ਦਿਖਾਉਂਦੀ ਹੈ ਇਹ? ਸੱਸਾ ਸੱਸੇ ਹੁੰਦੀ ਹੈ ਤੇ ਮਾਮਾ ਮਾਮਾ ਹੀ ਹੁੰਦੀ ਹੈ, ਮੈਨੂੰ ਅਨਪੜ੍ਹ ਗਵਾਰ ਨਾ ਸਮਝ ਕਿ ਮੈਨੂੰ ਕੁਛ ਪਤਾ ਹੀ ਲੱਗਦਾ, ਮੈਨੂੰ ਸਭ ਕੁਛ ਪਤਾ ਹੈ। ਮੰਮਾ ਮੈਨੂੰ ਤਾਂ ਵਧੀਆ ਲੱਗਦੇ ਸੀ, ਮੈਂ ਤਾਂ ਲਗਾਏ ਆ, ਮੇਰੇ ਤਾਂ ਮਨ ਵਿੱਚ ਇੱਦਾਂ ਕੋਈ ਗੱਲ ਵੀ ਨਹੀਂ ਸੀ, ਤੇ ਨਾਲੇ ਤੁਹਾਨੂੰ ਕਿਹਨੇ ਦੱਸਿਆ ਜਦ ਮੈਂ ਇੱਦਾਂ ਦੇ ਵਧੀਆ ਸਟੇਟਸ ਲਗਾਨੀ ਆ ਕਿ ਸੱਸਾ ਬਿਨਾਂ ਸੋਹਰੇ ਨਹੀਂ ਹੈਗੇ ਤੇ ਮਾਵਾਂ ਬਿਨਾਂ ਪੇਕੇ ਨਹੀਂ, ਫੇਰ ਨਹੀਂ ਤੁਹਾਨੂੰ ਕਿਸੇ ਨੇ ਦੱਸਿਆ? ਜੇ ਅੱਜ ਮੈਂ ਇਦਾਂ ਦਾ ਸਟੇਟਸ ਲਗਾਤਾ ਤੇ ਤੁਹਾਨੂੰ ਪਤਾ ਨਹੀਂ ਕਿੰਨੇ ਆ ਕੇ ਕੰਨ ਭਾਤੇ ਤੁਹਾਡੇ। ਜੇ ਪਿਆਰ ਵਾਲੇ ਸਟੇਟਸ ਪਾ ਦੋ ਤੇ ਲੋਕੀ ਸੜਦੇ ਆ, ਫੇਰ ਨਜ਼ਰਾਂ ਲੱਗਦੀਆਂ, ਜੇ ਇਦਾਂ ਦੇ ਸਟੇਟਸ ਪਾ ਦੋ ਫੇਰ ਤੁਹਾਡੇ ਸਾਹਮਣੇ ਹੀ ਆ, ਲੋਕੀ ਕਿਸੇ ਪਾਸੇ ਜੀਣ ਨਹੀਂ ਦਿੰਦੇ ਹੈਗੇ, ਨਾ ਨੂੰਹਾਂ ਨੂੰ ਨਾ ਸੱਸਾਂ ਨੂੰ। ਮੰਮਾ ਨਾਲੇ ਮੈਂ ਆਪਣੇ ਘਰ ਦੀ ਗੱਲ ਬਾਹਰ ਕਿਉਂ ਕਰਾਂ, ਸਟੇਟਸ ਕਿਉਂ ਲਾਵਾਂ, ਲੋਕੀ ਤਾਂ ਤਮਾਸ਼ਾ ਦੇਖਦੇ ਆ ਕਿ ਇਹਨਾਂ ਦੀ ਬਣਦੀ ਕਾਹਤੇ ਪਈ ਆ। ਸਟੇਟਸ ਦਾ ਇਹੀ ਪੰਗਾ ਵਾ, ਲਗਾਓ ਕਿਸੇ ਵਾਸਤੇ ਗੁੱਸਾ ਕੋਈ ਹੋਰ ਕਰ ਜਾਂਦਾ ਵਾ। ਅੱਛਾ ਮੈਨੂੰ ਤਾਂ ਜਿਹੜੇ ਸਟੇਟਸ ਵਧੀਆ ਲੱਗਦੇ ਆ ਮੈਂ ਤਾਂ ਉਹੀ ਲਗਾਨੀ ਆ, ਕਿਸੇ ਨੂੰ ਸਾੜਨ ਜਾਂ ਮਚਾਉਣ ਵਾਲੇ ਸਟੇਟਸ ਨਹੀਂ ਮੈਂ ਲਗਾਉਂਦੀ। ਮੈਂ ਤੇ ਆਪ ਇਹੀ ਗੱਲ ਸੋਚਦੀ ਸੀ ਕਿ ਸਾਡਾ ਦੋਨਾਂ ਦਾ ਤੈਨਾਂ ਪਿਆਰ ਹੈ, ਇਹਨੇ ਇਦਾਂ ਸਟੇਟਸ ਕਿਉਂ ਲਗਾਉਣੇ ਆ? ਫੇਰ ਤੁਸੀਂ ਕਿਸੇ ਦੀ ਗੱਲਾਂ ਵਿੱਚ ਕਿੱਦਾਂ ਆ ਗਏ, ਲੋਕਾਂ ਦਾ ਤਾਂ ਕੰਮ ਹੀ ਹੁੰਦਾ ਦੂਜਿਆਂ ਦੇ ਘਰ 'ਚ ਅੱਗ ਲਾਉਣਾ। ਜਿਹਨੇ ਮੈਨੂੰ ਕਿਹਾ ਨਾ ਪੁੱਤ, ਉਹਦੀ ਗੱਲ ਸੁਣ ਕੇ ਮੈਨੂੰ ਇੰਨਾ ਗੁੱਸਾ ਆਇਆ, ਤਾਂ ਹੀ ਤਾਂ ਮੈਂ ਤੇਰੇ ਕੋਲ ਆ ਗਈ। ਮੰਮਾ ਤੁਸੀਂ ਮੈਨੂੰ ਸਮਝਾਉਂਦੇ ਸੀ ਕਿ ਕਿਸੇ ਦੀ ਗੱਲਾਂ ਵਿੱਚ ਨਹੀਂ ਆਈਦਾ, ਤੇ ਤੁਸੀਂ ਹੁਣ ਆਪ ਆ ਗਏ।